ਹਾਂ ਜੀ ਭੈਣ ਜੀ, ਕੀ ਨਾਂ ਤੁਹਾਡਾ? ਕਿਰਨ। ਠੀਕ ਹੈ ਜੀ। ਕਿੱਥੇ ਦੇ ਰਹਿਣ ਵਾਲੇ ਹੋ? ਨਵਾਂ ਪਿੰਡ ਭੱਠੇ ਦੇ ਸ਼ਹਿਰ ਕਿਹੜਾ? ਕਪੂਰਥਲਾ। ਠੀਕ ਹੈ ਜੀ। ਅੱਜ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ, ਕੀ ਤੁਹਾਡਾ ਮੁੱਦਾ ਵਾ? ਮੇਰਾ ਮੁੱਦਾ ਇਹ ਹੈ ਕਿ ਮੈਂ ਜੱਟ ਕੌਮ 'ਚ ਮੈਰਿਜ ਕਰਵਾਈ ਸੀਗੀ, ਠੀਕ ਹੈ ਜੀ। ਜੋ ਕਿ ਅਸੀਂ SC ਜਾਤ ਦੇ ਹਾਂ। ਠੀਕ ਹੈ ਜੀ। ਹਾਂਜੀ, ਉਹ ਨਾ 2019 'ਚ ਮੇਰੇ ਨਾਲ ਮੈਰਿਜ ਕਰਵਾਈ ਸੀਗੀ, ਠੀਕ ਹੈ ਜੀ। ਉਸ ਤੋਂ ਬਾਅਦ ਉਹ ਬਾਹਰ ਚਲੇ ਗਿਆ। ਤੁਹਾਡਾ ਹਸਬੈਂਡ? ਹਾਂਜੀ, ਠੀਕ ਹੈ ਜੀ। ਬਾਹਰ ਚਲੇ ਗਏ, ਮੇਰੇ ਨਾਲ ਯਾਨੀ ਕਿ ਬਹੁਤ ਉਹਨਾਂ ਨੇ ਧੱਕਾ ਕੀਤਾ। ਸੱਸ ਸਹੁਰੇ ਨੇ ਵੀ ਮੇਰੀ ਜਾਤੀ ਦੇ ਖਿਲਾਫ ਬਹੁਤ ਗਲਤ ਕਿਹੜੇ ਬੋਲਦੇ ਪਿੰਡ ਸੀ। ਦਾ ਵਿਆਹ ਹੋਇਆ? ਝੁੱਗੀਆਂ ਗੁਲਾਮ। ਠੀਕ ਹੈ ਜੀ, ਡਿਸਟ੍ਰਿਕਟ ਕਪੂਰਥਲਾ 'ਚ? ਹਾਂਜੀ, ਠੀਕ ਹੈ ਜੀ। ਕਿਸ ਤਰ੍ਹਾਂ ਦਾ ਤੁਹਾਡਾ ਧੱਕਾ ਕਰਦੇ ਸੀ ਸੱਸ ਸਹੁਰਾ? ਧੱਕਾ ਕਰ ਰਹੇ ਸੀਗੇ ਕਿ ਮੈਂ SC ਜਾਤ ਦੇ ਅਸੀਂ ਨਹੀਂ ਰੱਖਣੀ, ਚੂੜੀ ਕੁੱਤੀ ਅਸੀਂ ਨਹੀਂ ਰੱਖਣੀ, ਬਹੁਤ ਮੇਰੀ ਜਾਤੀ ਦੇ ਖਿਲਾਫ ਗਲਤ ਸ਼ਬਦ ਬੋਲਦੇ ਮੈਨੂੰ। ਠੀਕ ਹੈ ਜੀ। ਮੈਂ ਇੱਕ ਦਰਖਾਸਤ ਦਿੱਤੀ ਸੀਗੀ SSP ਸਾਹਿਬ ਦੀ। ਤੁਸੀਂ ਆਪਣਾ ਜਿਹੜਾ ਸ਼ਾਦੀਸ਼ੁਦਾ ਜੀਵਨ ਦੌਰਾਨ ਕਿੰਨਾ ਚਿਰ ਉੱਥੇ ਰਹੇ ਸਹੁਰੇ ਪਰਿਵਾਰ 'ਚ? 2 ਮਹੀਨੇ। ਤੁਹਾਡੇ ਕੋਈ ਬੱਚਾ ਵੀ ਆ? ਨਹੀਂ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਤੁਸੀਂ ਮਾਇਕੇ ਘਰ ਆ ਗਏ ਆਪਣੇ ਵਾਪਸ? ਹਾਂਜੀ। ਫਿਰ ਤੁਸੀਂ ਕੀ ਕੀਤਾ? ਫਿਰ ਮੈਂ ਇੱਕ ਦਰਖਾਸਤ ਦਿੱਤੀ ਸੀ SSP ਸਾਹਿਬ ਨੂੰ। ਠੀਕ ਹੈ ਜੀ। ਹਾਂਜੀ, ਉਹ ਫਿਰ ਗੁੰਮਨ ਸੈੱਲ ਮਾਰਕ ਹੋਈ ਸੀਗੀ, ਫਿਰ ਜੋ STI ਦਾ ਪਰਚਾ ਸੀ ਚੋਨੇ ਸੀਗੇ ਮੇਰੀ ਜਾਤੀ ਦੇ ਖਿਲਾਫ ਬਹੁਤ ਗਲਤ ਮੈਨੂੰ ਐਸ ਸੀ ਐਸ ਬੋਲਦੇ। ਟੀ ਦਾ? ਹਾਂਜੀ, ਠੀਕ ਹੈ ਜੀ। ਇਹ ਦਰਖਾਸਤ ਤੁਸੀਂ ਕਦੋਂ ਦਿੱਤੀ ਸੀ, ਕੋਈ ਯਾਦ ਮੈਂ ਤੁਹਾਨੂੰ? ਦਿੱਤੀ 9ਵੇਂ ਮਹੀਨੇ 14 ਤਰੀਕ ਨੂੰ, 2023। ਹਾਂਜੀ, ਯਾਨੀ ਅੱਜ ਤੋਂ ਸਾਲ ਪਹਿਲਾਂ ਹੋ ਗਿਆ। ਹਾਂਜੀ, ਠੀਕ ਹੈ ਜੀ। ਉਹ ਦਰਖਾਸਤ ਫਿਰ ਮੇਰਾ ਹੋਇਆ ਸੀਗਾ ਇੱਥੇ ਬੁੰਮਲ ਸੈੱਲ ਪਰਚਾ। ਠੀਕ ਹੈ ਜੀ। ਮੈਂ ਕਿ ਚਾਹੁੰਦੀ ਸੀ ਕਿ ਮੇਰਾ STI ਦਾ ਪਰਚਾ ਪੈਣਾ ਚਾਹੀਦਾ, ਜੋ ਮੈਂ ਮੇਰੀ ਜਾਤੀ ਦੇ ਖਿਲਾਫ ਬੋਲਦੇ ਸੀਗੇ ਇਹ। ਠੀਕ ਹੈ ਜੀ। ਮੈਡਮ ਨੇ ਕੀ ਕੀਤਾ, ਅਮਨ ਮੈਡਮ ਨੇ ਪਰਚਾ ਕੀਤਾ ਕਿ ਮੇਰਾ ਦਾਜ ਦਾ ਪਰਚਾ ਕਰ ਦਿੱਤਾ ਉਹਨਾਂ ਤੇ। ਠੀਕ ਹੈ ਜੀ। ਉਹਦੇ ਵਿੱਚ ਮੈਂ ਵਾਧੇ ਜ਼ੁਲਮ 'ਚ ਦਿੱਤੀ, ਫਿਰ SSP ਦੀ ਰਿਪੋਰਟ। ਉਹ DSP ਸਾਹਿਬ ਨੂੰ ਮਾਰਕ ਹੋਈ ਸੀਗੀ। ਠੀਕ ਹੈ ਜੀ। ਉੱਥੇ ਮੈਂ ਬੜਾ ਚਿਰ ਜਾ ਕੇ, 7 ਮਹੀਨੇ ਹੋ ਗਏ ਮੈਨੂੰ ਫਿਰਦੀ ਨੂੰ, ਕੋਈ ਵੀ ਮੇਰੀ ਸੁਣਵਾਈ ਨਹੀਂ ਹੁੰਦੀ। ਓਕੇ। ਫਿਰ ਇੱਕ ਮੇਰੇ ਭਾਜੀ ਹੈ ਸਤੀਸ਼ ਭਾਜੀ, ਮੈਂ ਉਹਨਾਂ ਕੋਲ ਵੀ ਬਹੁਤ ਜਾ ਜਾ ਕੇ ਵੇਖ ਲਿਆ ਵਾ। ਉਹ ਵੀ ਬਸ ਮੈਨੂੰ ਅੱਜ ਕੱਲ ਏਦਾਂ ਕਹਿੰਦੇ ਰਹਿੰਦੇ ਆ। ਮੈਂ ਹੁਣ ਕਿਸੇ ਦੀ ਵੀ ਨਹੀਂ ਸੁਣਨੀ ਹੈਗੀ। ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੀ ਆ ਕਿ ਮੈਂ ਕੱਲ ਨੂੰ DSP ਸਾਹਿਬ ਦੇ ਬੈਠੂੰਗੀ, ਜਿੰਨਾ ਚਿਰ ਮੈਨੂੰ ਇਨਸਾਫ ਨਹੀਂ ਮਿਲਦਾ। ਤੁਹਾਡੇ ਕਹਿੰਦਾ ਤੁਸੀਂ ਧਰਨਾ ਲਗਾਓਗੇ? ਹਾਂਜੀ, ਮੈਂ ਧਰਨਾ ਲਗਾਏਗੀ। ਕਿੱਥੇ ਲਗਾਓਗੇ? DSP ਸਾਹਿਬ। ਠੀਕ ਹੈ ਜੀ। ਕਪੂਰਥਲਾ। ਕਿੰਨੇ ਵਜੇ ਲਗਾਓਗੇ? 10 ਵਜੇ। ਠੀਕ ਹੈ ਜੀ। ਹਾਂਜੀ। ਤੇ ਤੁਹਾਡੀਆਂ ਜਿਹੜੀਆਂ ਮੰਗਾਂ ਅਜੇ ਤੱਕ ਮੰਗੀਆਂ ਮੰਨੀਆਂ ਨਹੀਂ? ਮੇਰੀ ਕੋਈ ਵੀ ਮੰਗ ਨਹੀਂ ਪੂਰੀ ਹੋਈ। ਮੈਂ ਬਹੁਤ ਜਾ ਕੇ ਥੱਕ ਗਈ, ਬਹੁਤ ਜਾ ਕੇ ਮੈਂ SSP ਸਾਹਿਬ ਦੇ ਵੀ ਗਈ, ਬੜਾ ਜਾ ਕੇ ਮੈਂ ਹੁਣ ਬੈਠ ਗਈ ਆ। ਠੀਕ ਹੈ ਜੀ। ਤੁਸੀਂ ਮੰਗ ਕੀ ਕਰਦੇ ਹੋ? ਮੈਂ ਮੰਗ ਇਹ ਕਰ ਰਹੀ ਆ ਕਿ ਮੇਰੇ ਜੋ ਕਿ ਮੇਰੇ ਸਹੁਰੇ ਪਰਿਵਾਰ ਤੇ ਜਾਤੀ ਖਿਲਾਫ ਪਰਚਾ ਕੀਤਾ ਜਾਵੇ, ਮੇਰੀ ਇਹ ਮੰਗ। ਤੁਹਾਡੇ ਪਤੀ ਤੇ? ਸਾਰਿਆਂ ਤੇ। ਠੀਕ ਹੈ ਜੀ। ਸਾਰੇ ਮੇਰੇ ਨਾਲ ਬਹੁਤ ਧੱਕਾ ਕੀਤਾ ਉਹਨਾਂ ਨੇ ਸਾਰਿਆਂ ਨੇ। ਠੀਕ ਹੈ ਜੀ। ਹਾਂਜੀ।